ਜੀਵਨ ਜੀਉਣ ਦੀ ਇੱਛਾ ਮਾਰਨੀ ਇੰਨੀ ਸੁਖਾਲੀ ਨਹੀਂ ਹੁੰਦੀ। ਡੰਡੀ ਇਸ ਹੱਦ ਤੱਕ ਵੀ ਅਪੜਨ ਦੀ ਕਿਸੇ ਦੀ ਮੁਕੰਮਲ ਦਾਸਤਾਂ ਹੁੰਦੀ ਹੈ। ਡੰਡੀ ਆਤਮ ਹੱਤਿਆ ਆਪਣੇ ਆਪ ਵਿੱਚ ਇੱਕ ਦੁਖਦ ਪਹਿਲੂ ਹੈ। ਡੰਡੀ ਖੁਦਕੁਸ਼ੀ ਦੇ ਅਨੇਕਾਂ ਕਾਰਨ ਹੋ ਸਕਦੇ ਹਨ। ਡੰਡੀ ਕਿਸਾਨ ਦਾ ਵੱਖਰਾ ਅਤੇ ਹੋਰ ਸਮਾਜਿਕ ਝਮੇਲੇ ਤੇ ਘਰੇਲੂ ਕਲੇਸ਼ ਦੇ ਵੱਖਰੇ ਕਾਰਨ ਹਨ। ਡੰਡੀ ਵਿਦਿਆਰਥੀ ਵਰਗ ਵੀ ਮੁਲਕ ਅੰਦਰ ਅਨੇਕਾਂ ਸਮੱਸਿਆਵਾਂ ਨਾਲ ਜੂਝ ਰਿਹਾ ਹੈ। ਡੰਡੀ ਪੜ੍ਹ ਲਿਖ ਕੇ ਕੁਝ ਵੀ ਹਾਸਲ ਹੁੰਦਾ ਦਿਖਾਈ ਨਹੀਂ ਦੇ ਰਿਹਾ ਹੁੰਦਾ। ਡੰਡੀ ਪਿਛਲੇ ਕੁਝ ਸਾਲਾਂ ਦੌਰਾਨ ਸਿੱਖਿਆ ਦੇ ਖੇਤਰ ਵਿੱਚ ਜੋ ਨਵੇਂ ਹਾਲਾਤ ਪੈਦਾ ਹੋਏ ਹਨ, ਉਹ ਕੁਝ ਵਿਦਿਆਰਥੀਆਂ ਦੇ ਸਾਹਮਣੇ ਅਜਿਹਾ ਦਬਾਅ ਪੈਦਾ ਕਰ ਰਹੇ ਹਨ ਕਿ ਕਈ ਵਾਰ ਉਹ ਇਸ ਨੂੰ ਬਰਦਾਸ਼ਤ ਨਹੀਂ ਕਰ ਪਾਉਂਦੇ ਅਤੇ ਖੁਦਕੁਸ਼ੀ ਵਰਗਾ ਕਦਮ ਚੁੱਕ ਲੈਂਦੇ ਹਨ। ਡੰਡੀ ਇਸ ਸਥਿਤੀ ਦੇ ਮੂਲ ਕਾਰਨਾਂ ਦੇ ਨਾਲ ਨਾਲ ਸਮੱਸਿਆ ਇਹ ਵੀ ਹੈ ਕਿ ਅਜਿਹੀ ਸਥਿਤੀ ਵਿੱਚ ਬੱਚਿਆਂ ਨੂੰ ਆਪਣੇ ਆਲੇ ਦੁਆਲੇ ਤੋਂ ਸਹੀ ਸਮੇਂ ਤੇ ਸਹਿਯੋਗ ਨਹੀਂ ਮਿਲਦਾ ਅਤੇ ਉਹ ਆਪਣੀ ਗੁੰਝਲਦਾਰ ਸਥਿਤੀ ਵਿੱਚ ਡੂੰਘੇ ਫਸਦੇ ਰਹਿੰਦੇ ਹਨ। ਡੰਡੀ ਅਜਿਹੀ ਸਥਿਤੀ ਵਿੱਚ ਜੇਕਰ ਸਕੂਲਾਂ ਜਾਂ ਵਿਦਿਅਕ ਅਦਾਰਿਆਂ ਦੇ ਅੰਦਰ ਕੋਈ ਅਜਿਹੀ ਪ੍ਰਣਾਲੀ ਸਥਾਪਿਤ ਕੀਤੀ ਜਾ ਸਕਦੀ ਹੈ ਜੋ ਦਬਾਅ ਅਤੇ ਇਸ ਤੋਂ ਪੈਦਾ ਹੋਣ ਵਾਲੇ ਹਾਲਾਤ ਦਾ ਸਹੀ ਮੁਲਾਂਕਣ ਕਰ ਸਕੇ ਅਤੇ ਇਸ ਤੋਂ ਪ੍ਰਭਾਵਿਤ ਵਿਦਿਆਰਥੀਆਂ ਦੀ ਪਛਾਣ ਕਰ ਸਕੇ ਅਤੇ ਸਮੇਂ ਸਿਰ ਠੋਸ ਸਹਾਇਤਾ ਪ੍ਰਦਾਨ ਕਰ ਸਕੇ ਤਾਂ ਇਸ ਨੂੰ ਦੂਰ ਕਰਨਾ ਮੁਸ਼ਕਲ।
ਨਹੀਂ ਹੋਵੇਗਾ। ਡੰਡੀ ਇਸ ਮਾਮਲੇ ਵਿੱਚ ਕੇਂਦਰੀ ਸਿੱਖਿਆ ਮੰਤਰਾਲੇ ਦੇ ਦਿਸ਼ਾ ਨਿਰਦੇਸ਼ ਹੇਠ ਇੱਕ ਬਿਹਤਰ ਮਾਰਗ ਤਿਆਰ ਕਰਨ ਦੀ ਕੋਸ਼ਿਸ਼ ਹੈ, ਜਿਸ ਦੇ ਪਿੱਛੇ ਮੁੱਖ ਵਿਚਾਰ ਹੈ ਹਰ ਬੱਚਾ ਮਾਇਨੇ ਰੱਖਦਾ ਹੈ। ਡੰਡੀ ਇਸ ਤਹਿਤ ਸਕੂਲਾਂ ਨੂੰ ਸੰਵੇਦਨਸ਼ੀਲਤਾ ਅਤੇ ਸਮਝ ਵਧਾਉਣ ਦੇ ਨਾਲ ਨਾਲ ਬੱਚਿਆਂ ਨੂੰ ਸਮੇਂ ਸਿਰ ਸਹਾਇਤਾ ਪ੍ਰਦਾਨ ਕਰਨ ਲਈ ਕਿਹਾ ਗਿਆ ਹੈ, ਜੋ ਬੱਚਿਆਂ ਨੂੰ ਨੁਕਸਾਨ ਹੋਣ ਤੋਂ ਬਚਾਇਆ ਜਾ ਸਕੇ। ਡੰਡੀ ਹਾਲਾਂਕਿ ਖੁਦਕੁਸ਼ੀ ਆਮ ਤੌਰ ਤੇ ਅਚਾਨਕ ਹਾਲਾਤ ਦਾ ਨਤੀਜਾ ਨਹੀਂ ਹੈ ਅਤੇ ਸਮਾਜਿਕ ਧਾਰਨਾਵਾਂ ਅਤੇ ਸੋਚ ਇੱਕ ਪ੍ਰਮੁੱਖ ਕਾਰਕ ਅਤੇ ਪ੍ਰਭਾਵ ਵਜੋਂ ਕੰਮ ਕਰਦੀ ਹੈ। ਡੰਡੀ ਇਸ ਲਈ ਦਿਸ਼ਾ ਨਿਰਦੇਸ਼ ਆਤਮ ਹੱਤਿਆ ਨੂੰ ਰੋਕਣ ਅਤੇ ਆਤਮਘਾਤੀ ਵਿਵਹਾਰ ਨਾਲ ਜੁੜੇ ਨਕਾਰਾਤਮਕ ਰਵੱਈਏ ਨੂੰ ਖਤਮ ਕਰਨ ਲਈ ਸਮਾਜਿਕ ਸਹਾਇਤਾ ਅਤੇ ਸ਼ਮੂਲੀਅਤ ਨੂੰ ਉਤਸ਼ਾਹਿਤ ਕਰਨ ਲਈ ਸਕੂਲ ਮਾਪਿਆਂ ਅਤੇ ਭਾਈਚਾਰੇ ਵਿਚਕਾਰ ਭਾਈਵਾਲੀ ਨੂੰ ਉਤਸ਼ਾਹਿਤ ਕਰਨ ਤੇ ਵੀ ਧਿਆਨ ਕੇਂਦਰਿਤ ਕਰਦੇ ਹਨ। ਡੰਡੀ ਇਹ ਵਿਡੰਬਣਾ ਹੈ ਕਿ ਬੱਚਿਆਂ ਲਈ ਸਕੂਲ ਜਾਂ ਕਿਸੇ ਵੀ ਪੱਧਰ ਤੇ ਸਿੱਖਿਆ ਜੋ ਕਿ ਆਸਾਨੀ ਨਾਲ ਗਿਆਨ ਪ੍ਰਾਪਤੀ ਬੌਧਿਕ ਵਿਕਾਸ ਅਤੇ ਸ਼ਖਸੀਅਤ ਨਿਰਮਾਣ ਦਾ ਸਾਧਨ ਹੋਣੀ ਚਾਹੀਦੀ ਹੈ, ਅਜਿਹਾ ਦਬਾਅ ਬਣਨਾ ਸ਼ੁਰੂ ਕਰ ਦਿੰਦੀ ਹੈ ਕਿ ਉਹਨਾਂ ਲਈ ਬੋਝ ਚੁੱਕਣਾ ਔਖਾ ਹੋ ਜਾਂਦਾ ਹੈ। ਡੰਡੀ ਸਖਤ ਸਵਾਲ ਇਹ ਹੈ ਕਿ ਹਰ ਇਮਤਿਹਾਨ ਵਿੱਚ ਸਭ ਤੋਂ ਵੱਧ ਅੰਕ ਹਾਸਲ ਕਰਨ, ਕਿਸੇ ਮੁਕਾਬਲੇ ਵਿੱਚ ਕਾਮਯਾਬ ਹੋਣ ਅਤੇ ਪੋਜੀਸ਼ਨ ਹਾਸਲ ਕਰਨ ਦਾ ਇਹ ਬੇਲਗਾਮ ਮੁਕਾਬਲਾ ਬੱਚਿਆਂ ਵਿੱਚ ਕਿਵੇਂ ਪੈਦਾ ਹੁੰਦਾ ਹੈ ਪ੍ਰਸ਼ਨ ਚਿੰਨ੍ਹ। ਲਓ ਜੀ, ਇੱਥੇ ਆਪਣੀ ਜਿਹੜੀ ਕੀ ਹੈ ਡਿਕਟੇਸ਼ਨ ਕੰਪਲੀਟ ਹੋ ਗਈ ਹੈ। ਇਹ ਆਪਣੀ ਜਿਹੜੀ ਡਿਕਟੇਸ਼ਨ ਸੀ 80 ਵਰਡ ਪਰ ਮਿੰਟ ਦੀ ਡਿਕਟੇਸ਼ਨ ਸੀ। ਜੇਕਰ ਤੁਹਾਨੂੰ ਇਹ ਡਿਕਟੇਸ਼ਨ ਵਧੀਆ ਲੱਗਦੀ ਹੈ ਤਾਂ ਪਲੀਜ਼ ਚੈਨਲ ਸਬਸਕ੍ਰਾਈਬ, ਲਾਈਕ, ਸ਼ੇਅਰ ਕਰਨਾ ਨਾ ਭੁੱਲਿਓ। ਇਸੇ ਤਰ੍ਹਾਂ ਹੀ ਤੁਹਾਨੂੰ ਹੋਰ ਵੀ ਜਿਹੜੀ ਡਿਕਟੇਸ਼ਨ ਮਿਲਦੀਆਂ ਰਹਿਣਗੀਆਂ, ਸਾਡੇ ਚੈਨਲ ਨਾਲ ਬਣੇ ਰਹੋ। ਅਤੇ ਜੇਕਰ ਕੋਈ ਇਸ ਚੈਨਲ 'ਤੇ ਪਹਿਲੀ ਵਾਰੀ ਆਇਆ ਉਹ ਵੀ ਚੈਨਲ ਸਬਸਕ੍ਰਾਈਬ ਕਰਨਾ ਨਾ ਭੁੱਲਿਓ। ਫਿਰ ਮਿਲਾਂਗੇ ਅਗਲੀ ਵੀਡੀਓ 'ਚ।